मन पर आदि
ਸਭ ਕੈ ਮਗਨ ਬਦੂਰਾ ਜੋ ਕੁਛ ਕਹਿਣਾ ਦੁਆਪੇ ਤਾ ਆਜਾ ਜਾਏ ਨਾਨਕਾ ਬਾਬ ਤਨ ਸਮਾਏ ਇਸ ਸੋ ਨਾਈ ਗੁਰਾਵਰੇ ਗੋਗ ਨੇ ਗੱਤ ਕਰ ਆਪ ਲਾਗਰ ਦੂ ਦੱਸ ਨਿੱਕੀ ਅਭੀ ਜਾਨ ਆਪਣੇ ਜੀ ਕੀ ਆਪ ਸਾਹਿਦਾਰੀ ਦਸਾ ਗੁਰੂ ਦਾ ਫਲ ਸੰਗਰਾਜ ਤਾਜੀ ਰਤਨ ਕਈ ਨਾ ਜਾਏ ਸੋਤਰ ਪ੍ਰਵਾਨ ਗੁਰ ਪ੍ਰਕਾਸ਼ ਨਾਨਕ ਜੋ ਜਾਨ ਜੋ ਜਾਨੰਦ ਸਦਾ ਸੋਈ ਆਪਣਾਏ ਲੈ ਬ੍ਰਹ ਸੋਈ ਮੁਕਤ ਕਰੈ ਸੰਸਾਰ ਨਾਨਕ ਜਿਸ ਜਨ ਕੋ ਸਦਾ ਨਮਸਕਾਰ ਪੂਰਾ ਰਵਿਆ ਰਦਿਆ ਪੂਰਾ ਜਾਗਾ ਪੂਰੇ ਜੀ ਸਰਲ ਜੋ ਸੁਨ ਸਰਨੀ ਕਿਰਪਾ ਕਰਾਇਆ ਮਲਾਏ ਮਿਟ ਗਏ ਬੈਰ ਭਈ ਸਬਰੀ ਅੰਮ੍ਰਿਤ ਨਾ ਸੋ ਪ੍ਰਸੰਨ ਭਏ ਗੁਰਦੇਵ ਕਰ ਪ੍ਰਸਾਦ ਪ੍ਰਵਤਾਰੀ ਨਾਨਕ ਨਿਮਰੀ ਕੀ ਬਾਵਾਰੀ ਸਮੇਤ ਸਾਧਾ ਲੇਖਾ ਗੁਰਜੀਤ ਸੁਖ ਬਣੀ ਸਹਿਜ ਗੋਦ ਗੁਣ ਨਾਮ ਜਿਸ ਮਨ ਬਸੇ ਗੁਰੂ ਤਨ ਦਾਨ ਸਰਵਿਚਾ ਦਾਸੀ ਗੁਰ ਲੋਏ ਪ੍ਰਧਾਨ ਗੁਰ ਪ੍ਰਗਟੋ ਲੋਏ ਇੱਕਰ ਜਾਇਆ ਜੀ ਮਾੜਾ ਦਵਾਜੇ ਦਾ ਗੇੜਾ ਕੱਢ ਕੇ ਫਿਰ ਪੁੱਛ ਚੱਲ ਰਹਾ ਹੁਣ ਥੋੜੇ ਆ ਗਏ ਹਨਾ
ਬੱਸ ਨਹੀਂ ਜਾਣਾ ਪਲਿੰਦਰ ਵਾਲੀ ਬੱਸ, ਠੀਕ ਹੈ, ਜਾਂ ਤਾਂ ਫਿਰ ਉੱਥੇ ਉਹਦਾ ਪੌਂ ਘੰਟਾ ਉੱਥੇ ਲਾ ਕੇ ਉਸ ਤੋਂ ਬਾਅਦ ਜਲ ਕਰੀਬ ਇੱਕ ਦੀ ਰੀਤ ਰੋਕ, ਹਾਂ ਇੱਥੇ ਇੱਕ ਵਜੇ ਪੌਣੇ ਪੰਜ ਸੱਤ ਨੂੰ ਦੇਖ ਲਾ, ਇੱਕ ਵਾਰ ਮੋਟੇ ਮੋਟੇ ਦਿਖਾ ਦੇ, ਹਾਂ ਹਾਂ, ਕਿ ਹੁਣ ਉੱਧਰਲੇ ਪਾਸੇ ਨਹੀਂ ਕਰੀ, ਠੀਕ ਹੈ, ਸਤਿ ਸ਼੍ਰੀ ਅਕਾਲ।
Thank you.
Yeah.
Thank you.
Yeah.
I'm
Thank you.
ਜਾ
कहां सासा इस भांडे का इतना कुला के ठंडा कह
ਸੁਣੋਵੇ ਸੰਤੋ ਇਹ ਮਨ ਕੁੱਟਣ ਪੰਖੇ ਵੀ ਬਣਦਾ। ਕਬੀਰ ਸਾਹਿਬ ਦਾ ਸਲੋਕ ਹੈ ਬਾਣੀ ਚ ਲਿਖਿਆ, ਉਹ ਕਹਿੰਦੇ ਸਾਰੇ ਸੁਣੋ ਕਹੇ ਕਬੀਰ ਸੁਣੋ ਰੇ ਸੰਤੋ ਭਾਵ ਸੰਗਤ ਸਾਰੀ ਸੰਗਤ ਦੀ ਕਹੀ ਕਹੇ ਕਬੀਰ ਸੁਣੋ ਰੇ ਸੰਤੋ ਇਹ ਮਨ ਹਰ ਇੱਕ ਦਾ ਮਨ ਹੈ। ਇਹ ਮਨ ਕੁੱਟਣ ਕਿਵੇਂ ਵੱਜੇਗਾ? ਪੰਖੇ ਨੂੰ ਬਣ ਪੰਖੀ ਬਣ ਕੇ ਇਹ ਸਰੀਰ ਚ ਹਵਾ ਨਿਕਲਦਾ। ਰਿਸ਼ੀ ਮੁਨੀ ਬਾਬਾ ਪਾਠ ਕਰਦੇ ਨੇ, ਬਾਬਾ ਜਾਪ ਕਰਦੇ ਨੇ, ਬਦਲੀ ਕਰਦੇ ਨੇ, ਹਰ ਇੱਕ ਦੇ ਵਿੱਚ ਹੀ ਰਹਿ ਜਾਣਗੇ। ਨਹੀਂ ਨਹੀਂ, ਇਹ ਜਿਹੜਾ ਹੁਕਮ ਹੈ ਸਭ ਦੇ ਆਪਣੇ ਕਾਇਲੇ ਜਿਹੜੇ ਸਿਕਾਰ ਸਾਰੇ ਸਿਰ ਬੰਦੇ ਬੰਦਾ ਪੈਂਦਾ ਹੈ ਜਿਵੇਂ ਪੰਜ ਸਰਪਾਈ
ਸਤਿ ਸ੍ਰੀ ਅਕਾਲ ਜੀ। ਆਓ ਆਪਾਂ ਸੰਤਾਂ ਗੁਰੂ ਚਰਨਾਂ ਨੂੰ ਅਰਵਾਸ ਦੇਵੀ ਅੱਜ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਸੂਰ ਸਿੰਘ ਨੂੰ ਆਪਣੇ ਚਰਨਾਂ ਨੂੰ ਆਪ ਬਖਸ਼ਿਓ। ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦਾ ਪੰਜ ਬਖਸ਼ਿਸ਼ ਕਰਿਓ। ਬੱਚਿਆਂ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖ ਕੇ ਪਾਤਸ਼ਾਹ ਸਬਦ ਸਰੀਰ ਉੱਤੇ ਸੰਤੋਖ ਬਖਸ਼ ਕੇ ਆਪਦੀ ਕਿਰਪਾ ਦੇ ਨਾਲ ਜੀਵਨ ਜਿਉਣ ਦਾ ਰੰਗ ਦਿੱਤਾ। ਬੱਚਿਆਂ ਨੂੰ ਬਖਸ਼ਿਸ਼ ਰੂਪ ਵਿੱਚ ਲਿਆ ਦੇ। ਆਓ ਸਾਰੀਆਂ ਸੰਗਤਾਂ ਆਪਾਂ ਗੁਰੂ ਚਰਨਾਂ ਨੂੰ ਅਰਦਾਸ ਤੇ ਬੇਨਤੀ ਕਰੀਏ।
ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਗੁਰੂਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਾਤਸ਼ਾਹ ਸ੍ਰੀ ਗੁਰੂ ਭਗਤ ਸ਼ਿਕਰ ਕਹਿ
ਇਸ ਜ਼ਿੰਦਗੀ ਦੇ ਫਲਸਫੇ ਨੂੰ ਅਤੇ ਮਨੁੱਖ ਦੇ ਉੱਤੇ ਆਉਣ ਦੇ ਮਕਸਦ ਨੂੰ ਅਤੇ ਉਸ ਅਟਲ ਸੱਚਾਈ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਕਿ ਚੰਦ ਮਿੰਟਾਂ ਦੇ ਵਿੱਚ ਹੀ 10-12 ਮਿੰਟਾਂ ਦੇ ਵਿੱਚ ਆਪਾਂ ਸਾਰੀ ਸਮਾਪਤੀ ਕਰਨੀ ਹੈ। ਗੁਰਬਾਣੀ ਦਾ ਪ੍ਰਮਾਣ ਹੈ, ਵੈਦ ਹੈ ਹੌਵੀ ਭਲਾ, ਦਾਰੂ ਮੇਰਾ ਬਸ, ਇਹ ਤੋ ਬਸ ਗੋਪਾਲ ਕੀ ਜਪ ਭਾਵੇ ਲੇਖਸ। ਜਿਸ ਤਰ੍ਹਾਂ ਗਿਆਨੀ ਜੋਹਰਾਂ ਨੇ ਇਹਨਾਂ ਦਾ ਵਿਖਿਆਨ ਵੀ ਕੀਤਾ ਹੈ। ਇੱਕ ਭਿਆਨਕ ਲੰਬੀ ਬਿਮਾਰੀ, ਬਹੁਤ ਜ਼ਿਆਦਾ ਚਾਰਾ ਜੋਈ ਕੀਤੀ, ਲੇਕਿਨ ਜਿਉਂ ਜਿਉਂ ਤੇਰਾ ਹੁਕਮ ਕਿਵੇਂ ਤਿਉਂ ਗੋਵਣਾ, ਨਹਿ ਮਾਰਗ ਨਹਿ ਲੋਗਣੇ ਨਹਿ ਵਿਰਤੀ ਕਸ਼ਟ ਬੰਧ, ਉਹ ਬੇਰਾ ਨਹਿ ਬੁਝੀਐ ਜਬ ਆਏ ਪਰੇ ਜਮ ਫੰਧ। ਉਹ ਪਰਮਾਤਮਾ ਜਿਸ ਦੇ ਹੱਥ ਵਿੱਚ ਇਹ ਸਾਰੀ ਖੇਡ ਹੈ, ਨਾ ਉਹ ਮਾਲ ਵਾਸਤਾ ਵੇਖਦਾ ਹੈ, ਨਾ ਜਵਾਨੀ, ਨਾ ਬੁਢਾਪਾ, ਉਸਦੀ ਖੇਤੀ ਹੈ। ਅਸੀਂ ਕਲਯੁਗੀ ਜੀਵ ਸਮਾਜ ਦੇ ਵਿੱਚ ਰਹਿੰਦਿਆਂ ਹੋਇਆ ਕਰਨਾ ਦੇ ਵਿੱਚ ਆਉਂਦੇ ਹਾਂ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਲਾਕੇ ਦੀਆਂ ਦੂਰ ਦੁਰਾਡੇ ਤੋਂ ਪ੍ਰਮੁੱਖ ਸ਼ਖਸੀਅਤ ਸੰਗਤ ਦੇ ਵਿੱਚ ਮੌਜੂਦ ਨੇ। ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਕਿ ਜ਼ਿਆਦਾ ਗਰਮੀ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆ ਮੈਂ ਪਹਿਲਾਂ ਹੀ, ਕਿਉਂਕਿ ਇੱਥੇ ਬੜੇ ਮਹਾਂਪੁਰਸ਼ ਗੁਰਬਾਣੀ ਦੇ ਗਿਆਤਾ, ਗੁਰਬਾਣੀ ਦੀ ਬੜੀ ਡੂੰਘਾਈ ਨਾਲ ਸੋਝ ਹੀ ਰੱਖਣ ਵਾਲੇ ਬੁਲਾਰੇ ਬੈਠੇ ਹਨ, ਪਰ ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਕਿ ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ। ਸਮੇਂ ਦੀ ਘਾਟ ਕਾਰਨ ਅਸੀਂ ਕਿਸੇ ਬੁਲਾਰੇ ਨੂੰ ਸਮਾਂ ਨਹੀਂ ਦੇ ਸਕਦੇ ਔਰ ਸਿਰਫ 10 ਮਿੰਟਾਂ ਦੇ ਵਿੱਚ ਇਸ ਸ਼ੋਕ ਸਮਾਗਮ ਨੂੰ ਅਸੀਂ ਸਮਾਪਤੀ ਵੱਲ ਜਾਣਾ ਹੈ। ਅੱਜ ਦੇ ਇਸ ਸ਼ੋਕ ਮਜਾ ਇਕੱਠ ਦੇ ਵਿੱਚ ਸਰਦਾਰ ਅਵਤਾਰ ਸਿੰਘ DSP ਸਾਹਿਬ ਹਾਜ਼ਰ ਵਾਕੇ ਗਏ ਨੇ, ਪੁਲਿਸ ਡਿਪਾਰਟਮੈਂਟ ਅਤੇ ਐਜੂਕੇਸ਼ਨ ਡਿਪਾਰਟਮੈਂਟ ਅਤੇ ਹੋਰ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦਾ ਅਤੇ ਰਿਟਾਇਰਡ। ਅੱਜ ਸਾਡੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੋਏ ਨੇ ਸਰਦਾਰ ਅਮਰੀਕ ਸਿੰਘ ਜੀ, ਪ੍ਰਧਾਨ ਸਾਹਿਬ ਸਭਾ ਸ੍ਰੀ ਮੁਕਤਸਰ ਸਾਹਿਬ। ਮੈਂ ਦੱਸ ਦੇਵਾਂ ਇਲਾਕੇ ਦੀਆਂ ਪਤਵੰਤੇ ਸੱਜਣ ਪ੍ਰਮੁੱਖ ਸ਼ਖਸੀਅਤਾਂ, ਜੇ ਮੈਂ ਨਾਮ ਲੈਣ ਲੱਗ ਜਾਵਾਂ ਬਹੁਤ ਜ਼ਿਆਦਾ ਸਮਾਂ ਲੱਗੇਗਾ। ਮੈਂ ਇਲਾਕੇ ਦੱਸ ਦੇਣਾ ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਮੁਕਤਸਰ ਸਾਹਿਬ, ਡਾਂਗੀ, ਮਲੋਟ ਤੋਂ, ਪਰਨੀਵਾਲ ਤੋਂ, ਟਿੱਪਾ ਵਾਲੀ ਤੋਂ ਔਰ ਦਿੱਲੀ ਤੋਂ ਵੀ ਜਿਹੜੇ ਸੱਜਣ ਹਨ ਉਹ ਪਰਿਵਾਰ ਨਾਲ ਸਾਂਝਾ ਕਰਨ ਵਾਸਤੇ ਆਏ ਹੋਏ ਹਨ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਡੇ ਬਹੁਤ ਹੀ ਸਨਮਾਨਯੋਗ ਸਰਦਾਰ ਜਗਪਾਲ ਸਿੰਘ ਜੀ ਬਰਾੜ ਅਮਲਕਾਣੇ ਤੋਂ, ਸਰਦਾਰ ਗੁਰਚਰਨ ਸਿੰਘ ਜੀ OSD ਸਾਹਿਬ ਜਪਲਟਾਪ ਤੋਂ, ਸੁਰਜੀਤ ਸਿੰਘ ਜੀ ਡਿੱਟੂ ਨਗਰ ਕੌਂਸਲ ਦੇ ਪ੍ਰਧਾਨ, ਉਹ ਵੀ ਸੰਗਤ ਵਿੱਚ ਹਾਜ਼ਰ ਹਨ। ਅੱਜ ਦੇ ਇਸ ਅਪੱਖ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਹਨ, ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ ਸਰਦਾਰ ਬਸੰਤ ਸਿੰਘ ਜੀ, ਕਾਂਗਰਸ ਚੇਅਰਮੈਨ ਸਾਹਿਬ ਔਰ ਫੁੱਫੜ ਜੀ ਦੇ ਬੇਟੇ ਜਿਹੜੇ ਦਿੱਲੀ ਵਿਖੇ ਡਿਊਟੀ ਕਰਦੇ ਹਨ, ਉਹਨਾਂ ਦੇ ਕ੍ਰਾਈਮ ਦਿੱਲੀ ਦੇ ਸੈੱਲ ਵੱਲੋਂ ਵੀ ਜਿਹੜੇ ਹਨ ਸਾਥੀ ਆਏ ਹਨ, ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਮੈਂ ਬੁਲਾਰਿਆਂ ਦੇ ਵਿੱਚ ਸਿਰਫ 2 ਬੁਲਾਰੇ ਨੇ ਸਾਡੇ ਕੋਲ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਬਸੰਤ ਸਿੰਘ ਜੀ ਸੰਧੂ SDSP ਸਾਹਿਬ, ਜਿਹੜੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪੁਲਿਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਚੰਦ ਮਿੰਟਾਂ ਲਈ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰਦਾਰ ਦਰਸ਼ਨ ਸਿੰਘ ਜੀ, ਸਾਬਕਾ DSP ਸਾਹਿਬ, ਬਹੁਤ ਹੀ ਸਤਿਕਾਰਯੋਗ ਸੰਤਾਂ ਸ੍ਰੀ ਗੁਰੂ ਸਾਹਿਬ ਦੇ ਐਜੂਕੇਟ ਕਾਲਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਥੋੜ੍ਹਾ ਹੈ, ਮੈਂ ਥੋੜ੍ਹੇ ਜਿਹੇ ਬੇਟੇ ਕਰਾਂਗਾ। ਸਰਦਾਰ ਜਸਵੰਤ ਸਿੰਘ ਬਾਜਵਾਨੀ ਦੀ ਉਮਰ ਵਿੱਚ ਹੋ ਗਏ ਅਤੇ ਪਿੱਛੇ ਛੱਡ ਗਏ ਅਥਰੂ, ਅਫਸੋਸ, ਸੋਗ। 1.25 ਸਾਲ ਪਹਿਲਾਂ ਦੀ ਗੱਲ ਆ, ਸੁੱਖ ਸਾਂਤ ਨਾਲ ਆਪਣੀ ਨੌਕਰੀ ਕਰ ਰਿਹਾ ਸੀ
ਮੂਲੀ ਬਿਮਾਰੀ ਹੋਈ ਆਮ ਸਮਝਿਆ ਜਾਂਦਾ ਸਿਰ ਦਰਦ ਤੋਂ ਜ਼ਿਆਦਾ ਬੁਖਾਰ ਹੋਇਆ ਉਹ ਸਮਝ ਕੇ ਡਾਕਟਰ ਤੋਂ ਦਵਾ ਦੇਣੀ ਆਰਾਮ ਨਹੀਂ ਆਇਆ ਫਿਰ ਡਾਕਟਰ ਦੀ ਸਲਾਹ ਨਾਲ ਪ੍ਰਸ਼ਨ ਕਰਾਏ ਗਏ ਦੋ ਘਾਤਕ ਬਿਮਾਰੀ ਅੱਗੇ ਸਾਹਮਣੇ ਆ ਗਈ ਜਿਹਦਾ ਆਪਣਾ ਆਮ ਕਰਕੇ ਆਪਣੇ ਘਰਾਂ 'ਚ ਨਾਮ ਹੀ ਨਹੀਂ ਲਿਖੇ ਸੋ ਮੇਰਾ ਪਰਿਵਾਰ ਦੇ ਵਿੱਚ ਕੁਦਰਤੀ ਸੀ ਘਰਾਹਟ ਭੈ ਸਭ ਕੁਛ ਪੈਦਾ ਹੋਇਆ ਇਹਨਾਂ ਨੇ ਸਭਾ ਸਾਹਿਬ ਸਾਰੇ ਪਰਿਵਾਰ ਨੇ ਸਰਦਾਰ ਸਿੰਘ ਦੇ ਪਰਿਵਾਰ ਨੇ ਭਰਾਵਾਂ ਨੇ ਭੇਜਾਂ ਨੇ ਪੁੱਤਾਂ ਨੇ ਸਭ ਨੇ ਰਲ ਕੇ ਆਪਣੀ ਪੂਰੀ ਬਾਤ ਆਈ ਔਰ ਉਹ ਮੰਜ਼ਿਲ ਤੋਂ ਪਹੁੰਚ ਨਾ ਸਕਿਆ ਮੇਰੇ ਖਿਆਲ ਸਾਹਿਬ ਵਕਤ ਵੀ ਆਇਆ ਕਿ ਇੱਕ ਮਹੀਨਾ ਉਹ ਵੀ ਮੁਰਦਾ ਪੈਂਦਾ ਰਿਹਾ ਰੋਟੀ ਵੀ ਖਾ ਲੈਂਦਾ ਰਿਹਾ ਰੋਟੀ ਖਤਮ ਹੋ ਗਈ ਪਰਿਵਾਰ ਨੂੰ ਆਸ ਪਾਸ ਕੇ ਕਿਉਂ ਠੀਕ ਹੋ ਜਾਵੇਗਾ ਅਸੀਂ ਵੀ ਪਤਾ ਲੈਣ ਆਉਂਦੇ ਰਹੇ ਹਾਂ ਸਾਨੂੰ ਵੀ ਆਸ ਸੀ ਬੰਦਾ ਗੱਲਾਂ ਬਾਤਾਂ ਵੀ ਕਰਦਾ ਰਿਹਾ ਪਰ ਨਹੀਂ ਬਚ ਨਹੀਂ ਸਕਿਆ ਮਾਂ ਪਿਓ ਦਾ ਪੁੱਤ ਚਲਾ ਗਿਆ ਭੈਣਾਂ ਭਰਾਵਾਂ ਦਾ ਪਰਿਵਾਰ ਚਲਾ ਗਿਆ ਬੱਚਿਆਂ ਦਾ ਮਾਂ ਆਪਦੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਇਹ ਕਈ ਨੌਕਰੀ ਪੁਛਦੀ ਨੌਕਰੀ ਦੀ ਸੁਰਖੀ ਨਹੀਂ ਵੇਖਣ ਨੂੰ ਬਹੁਤ ਵਧੀਆ ਲੱਗਦੀ ਆ ਇਹਦੇ ਵਿੱਚ ਅਪਰਾਧ ਆਉਂਦੇ ਆ ਬਹੁਤ ਸੰਘਰਸ਼ ਕਰਨਾ ਪੈਂਦਾ ਸੋ ਰਤਨ ਸਿੰਘ ਨੇ ਵਾਹਿਗੁਰੂ ਦੀ ਕਿਰਪਾ ਨਾਲ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਨੌਕਰੀਆਂ ਦੇ ਲੱਗੇ ਵਿਆਹ ਗਏ ਕੰਮ ਬੱਚੇ ਹੋ ਗਏ ਸਾਰਾ ਕੁਛ ਹੋ ਗਿਆ ਲੇਕਿਨ ਅਖੀਰ ਦੇ ਨਾਲ ਕੇ ਇਹਨਾਂ ਨੂੰ ਬੁੱਢੇ ਮਾਰੇ ਬਹੁਤ ਵੱਡੀ ਸੱਟ ਵੱਜੀ ਸਾਰੇ ਪਰਿਵਾਰ ਨੂੰ ਸੱਟ ਵੱਜੀ ਮੈਂ ਸਰਬੱਤ ਦੇ ਭਲੇ ਅਰਦਾਸ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਹਾਂ ਤੁਹਾਡਾ ਸ਼ਾਹ ਹੋ ਰਿਹਾ ਸਿੱਖ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਰਤਨ ਸਿੰਘ ਮਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਦਿਲਗਾਨੀਆਂ ਹੌਸਲਾ ਅਤੇ ਹਿੰਮਤ ਬਖਸ਼ੀ ਤਾਂ ਕਿ ਇਹ ਜਸਵੰਤ ਸਿੰਘ ਦੇ ਪਰਿਵਾਰ ਦੇ ਸਿਰ 'ਤੇ ਹੱਥ ਰੱਖਣ ਉੱਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣ ਜਿੱਥੋਂ ਤੱਕ ਭਾਣਾ ਮੰਨਣ ਦੀ ਗੱਲ ਹੈ ਬਾਬਾ ਜੀ ਨੇ ਮੇਰਾ ਕਹਿਣਾ ਵੀ ਇਹਨੂੰ ਇਹੋ ਜਿਹਾ ਕੰਮਾਂ ਨੂੰ ਸਮਝਾ ਨਹੀਂ ਸਕਦਾ ਨਾ ਸੁਣਾ ਸਕਦਾ ਨਾ ਆਪਾਂ ਨੂੰ ਇਹੋ ਜਿਹਾ ਕੋਈ ਕੀਰਤ ਨੂੰ ਸੁਣਾ ਸਕਦਾ ਬਹੁਤ ਹੀ ਵਧੀਆ ਸ਼ਾਨਦਾਰ ਤਰੀਕੇ ਨਾਲ ਇਹਨਾਂ ਨੇ ਦੱਸਿਆ ਉਹਦੇ ਵਿੱਚ ਮੈਂ ਤੱਕ ਕੁਛ ਲਿਆਈਆਂ ਲੇਕਿਨ ਮੈਂ ਕਿਸੇ ਥਾਂ 'ਤੇ ਪੜ੍ਹਿਆ ਸੀ ਗੁਰੂ ਸਾਹਿਬਾਨ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਭ ਤੋਂ ਸਿਆਣਾ ਮਨੁੱਖ ਕੌਣ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਸਿਆਣਾ ਮਨੁੱਖ ਉਹ ਹੈ ਜੋ ਰੱਬ ਦੇ ਭਾਣੇ ਦੇ ਰਹਿੰਦਾ ਅਤੇ ਮੌਤ ਨੂੰ ਯਾਦ ਕਰਦਾ ਦੂਜਾ ਸਵਾਲ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਕੌਣ ਹੈ ਉਹਨਾਂ ਕਿਹਾ ਵੱਡਾ ਉਹ ਹੈ ਜਿਹੜਾ ਗੰਮੀ ਦੇ ਵਿੱਚ ਕੰਮ ਨਹੀਂ ਕਰਦਾ ਅਤੇ ਖੁਸ਼ੀ ਦੇ ਵਿੱਚ ਉਛਲਦਾ ਹੈ ਜਿੱਦਾਂ ਨਾਨਕ ਸਾਹਿਬ ਤੋਂ ਮੀਰ ਕੌਣ ਹੈ ਉਹ ਕਹਿੰਦੇ ਮੀਰ ਉਹ ਹੈ ਜਿਹਦੇ ਕੋਲ ਸਰਮਾਇਆ ਵੀ ਹੋਵੇ ਸਾਰਾ ਕੁਛ ਹੋਵੇ ਉਹ ਤੋਂ ਇਲਾਵਾ ਜੇ ਉਹਦੇ ਕੋਲ ਆਪਣੇ ਲੋਕਾਂ ਦੇ ਦੱਸ ਸਕਦੀ ਭਾਵਨਾ ਹੈ ਨਹੀਂ ਜਾਂ ਕੁਛ ਕਰ ਨਹੀਂ ਸਕਦਾ ਜਾਂ ਉਹ ਮਤਲਬ ਕਿਸੇ ਦੇ ਕੰਮ ਨਹੀਂ ਆ ਸਕਦਾ ਅਤੇ ਉਹਨੂੰ ਅਮੀਰ ਨਹੀਂ ਗਿਣਿਆ ਜਾ ਸਕਦਾ ਗਰੀਬ ਨਹੀਂ ਆ ਸਕਦਾ ਇੱਕ ਹੋਰ ਮੇਰੇ ਗਰੀਬ ਹੁੰਦਾ ਜਿਹੜਾ ਲੋਕਾਂ ਨੂੰ ਵੇਖ ਕੇ ਤਰਸਦਾ ਲੋਕਾਂ ਨੂੰ ਕਹਿੰਦਾ ਵੀ ਨੌ ਰੁਪਏ ਮਿਲ ਗਿਆ ਜੋ ਮਿਲ ਗਿਆ ਉਹਦੇ ਸਭ ਤੋਂ ਗਰੀਬ ਹੁੰਦਾ ਸੋ ਭਾਣਾ ਮੰਨਿਆ ਅਖਬਾਰ ਨੇ ਭਾਣਾ ਮੰਨਣਾ ਚਾਹੀਦਾ ਭਾਣੇ ਤੋਂ ਬਿਨਾਂ ਕੋਈ ਗੱਲ ਨਹੀਂ ਬਣਦੀ ਸੋ ਅਖੀਰ ਵਿੱਚ ਮੈਂ ਆਪਣੇ ਵੱਲੋਂ ਆਪਣੀ ਸੰਸਥਾ ਵੱਲੋਂ ਪਿੰਡ ਕੰਧ ਕੋਲਾ ਹਾਜ਼ਰਾਂ ਵੱਲੋਂ ਮੈਂ ਵਿਸ਼ਰੀ ਜੀ ਨੂੰ ਸਰਦਾ ਦੇ ਤੌਰ ਭੇਟ ਕਰਦਾ ਹਾਂ ਸੱਚੇ ਪਾਤਸ਼ਾਹ ਦੇ ਅਰਦਾਸ ਕਰਦਾ ਹਾਂ ਸੱਚਾ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਔਰ ਅੱਜ ਵਿੱਚ ਇੱਕ ਬੰਦ ਘੱਟ ਬੋਲਿਆ ਵੀ ਹੋਵੇ ਅਤੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਰਮ ਸਿੰਘ ਜੀ ਦੇ ਰਿਸ਼ਤੇਦਾਰ, ਪਰਿਵਾਰਿਕ ਮੈਂਬਰ, ਸਾਰੇ ਸੁਨੇਹੀ ਗੁਰਦਾਰ ਜਸਵੰਤ ਸਿੰਘ ਜੀ ਦੀ ਅੰਤਿਮ ਅਰਦਾਸ ਦੀ ਸ਼ਰਧਾ ਵਾਸਤੇ ਇਕੱਤਰ ਹੋਏ ਹਾਂ। ਇਹਨਾਂ ਦਾ ਮਨਾਉਣ ਵਾਸਤੇ ਬਹੁਤ ਹੀ ਧਾਰਮਿਕ ਸਮਾਂ ਹੈ। ਭਾਰਾ ਛੋਟਾ ਸ਼ਬਦ ਹੈ, ਕਹਿਣਾ ਸੌਖਾ ਹੈ, ਮੰਨਣਾ ਬੜਾ ਔਖਾ ਹੁੰਦਾ ਹੈ। ਬੀਪੀ ਸਾਹਿਬ ਸੰਖੇਪ ਬਹੁਤ ਕੁਛ ਕਹਿ ਕੇ ਗਏ। ਸਰਦਾਰ ਅਮਰਿੰਦਰ ਸਿੰਘ ਨੇ ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਨਰਨੀਵਾਲਾ, ਮਲੂਰ, ਅੰਮ੍ਰਿਤਸਰ, ਲੰਬੇ ਇਲਾਕੇ ਦੇ ਅੰਦਰ ਬਹੁਤ ਦਿਆਨਤਦਾਰੀ ਨਾਲ ਨੌਕਰੀ ਕੀਤੀ। ਆਪਦੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਪੜ੍ਹਾ ਲਿਖਾ ਕੇ ਇਸ ਕਾਬਲ ਬਣਾਇਆ ਵੀ ਉਹ ਇੱਕ ਅੱਛੇ ਇਨਸਾਨ ਬਣ ਕੇ ਸਮਾਜ ਦੇ ਵਿੱਚ ਸਕੇ। ਔਰ ਮੈਂ ਹਮੇਸ਼ਾ ਕਿਹਾ ਕਰਦਾ ਸੀ ਵੀ ਰਤਨ ਸਿੰਘ ਤੂੰ ਬੜਾ ਹਰਾਕਾ ਵਾਲਾ ਹੈ, ਤੇਰੇ ਬੱਚੇ ਬਹੁਤ ਸੰਸਕਾਰੀ ਨੇ, ਗੁਰੂ ਨੂੰ ਮੰਨਣ ਵਾਲੇ ਨੇ ਤੇ ਸਾਰੇ ਨੌਕਰੀ ਵੀ ਲੱਗ ਗਏ। ਔਰ ਡਿੱਡੀ ਵੱਡੀ ਜਿਵੇਂ ਕਹਿ ਰਹੇ ਸੀ ਤੁਸੀਂ ਨੌਕਰੀ ਲੋਕਾਂ ਨੂੰ ਜ਼ਰੂਰ ਸੌਖੀ ਲੱਗਦੀ ਹੈ, ਪਰ ਅੱਜ ਕੱਲ੍ਹ ਦੇ ਸਮਾਜ ਦੇ ਅੰਦਰ ਬਹੁਤ ਹੀ ਕਹਿੰਦੇ ਨੇ ਕੰਡਿਆਂ ਦੇ ਚੁਣਨ ਵਾਲੀ ਗੱਲ ਹੈ, ਪਰ ਇਹ ਬੇਦਾਗ ਨੌਕਰੀ ਕਰਕੇ ਆਪਣੇ ਘਰੇ ਆਇਆ, ਲੇਕਿਨ ਪਰਮਾਤਮਾ ਨੂੰ ਇਹ ਮਜ਼ਬੂਰੀ ਸੀ। ਆ ਥੋੜ੍ਹੇ ਸਮੇਂ ਪਹਿਲਾਂ ਇਹਨਾਂ ਦੇ ਭਰਾ ਦੀ ਮੌਤ ਹੋ ਗਈ, ਅਜੇ ਉਸ ਗੱਲ ਤੋਂ ਉਭਰੇ ਵੀ ਨਹੀਂ ਸੀ ਕਿ ਨੌਜਵਾਨ ਬੱਚਾ ਆਪਣੇ ਸਾਰੇ ਦੇ ਹੱਥਾਂ ਵਿੱਚ ਆ ਗਿਆ। ਮਿਲਦਾ ਸੀਗਾ ਉਸਦੇ ਇਲਾਜ ਦਾ ਕੋਈ ਇਹਨੇ ਕਮੀ ਨਹੀਂ ਛੱਡੀ, ਚਾਹੇ ਉਹ ਐਲੋਪੈਥਿਕ ਸਿਸਟਮ ਸੀਗਾ, ਚਾਹੇ ਉਹ ਯੂਨਾਨੀ ਸਿਸਟਮ ਸੀਗਾ, ਪਰ ਉਹਦਾ ਸਮੇਂ ਨਿਸ਼ਚਿਤ ਸੀ। ਔਰ ਇਹਦੇ ਬਾਅਦ ਮਹਾਭਾਰਤ ਅਨੁਸਾਰ ਪਹਿਲਾਂ ਚ ਵੀ ਲਿਖਿਆ ਪਹਿਲਾਂ ਹੁਕਮ ਕਮਾਏ ਕੱਲਿਆ ਵੀ ਨਾ ਕਰ ਸਕਦੇ ਹੋ ਕੇ ਜਾਇਆ। ਹਰ ਬੰਦੇ ਦਾ ਜਦੋਂ ਜਨਮ ਹੁੰਦਾ ਹੈ ਮੌਤ ਜਿਹੜੀ ਹੈ ਨਿਸ਼ਚਿਤ ਹੈ, ਸਮਾਂ ਨਿਸ਼ਚਿਤ ਹੈ, ਘੰਟੇ ਮਿੰਟ ਪਲ ਪਰ ਅਸੀਂ ਦੁਨੀਆਂ ਦੇ ਲੋਕ ਹਾਂ ਔਰ ਦੁੱਖ ਹੋਣਾ ਬੜਾ ਸੁਭਾਵਿਕ ਗੱਲ ਹੈ। ਅੱਜ ਪਰਿਵਾਰ ਦੇ ਅੰਦਰ ਉਹਦੇ ਛੋਟੇ ਛੋਟੇ ਬੱਚੇ ਜਿਹਨਾਂ ਨੇ ਅਜੇ ਆਪਣੇ ਜਵਾਨੀ ਚ ਬੀਜ ਨਹੀਂ ਰੱਖੀ, ਅਜੋ ਪਿਤਾ ਦੇ ਪਰਾਂ ਤੋਂ ਵਾਂਝੇ ਹੋ ਗਏ। ਸਾਡੀ ਉਹ ਬੇਟੀ ਲੇਕਿਨ ਸਮਾਂ ਜਿਹੜਾ ਹੈ ਇਹ ਪੂਰੀ ਕਰਦਾ ਹੈ। ਟਾਈਮ ਇਜ਼ ਅ ਗ੍ਰੇਟ ਹੀਲਰ, ਇਹ ਦੁੱਖ ਬੋਲ ਨਹੀਂ ਸਕਦਾ ਪਰ ਸਮੇਂ ਦੇ ਨਾਲ ਘੱਟ ਹੋਊਗਾ, ਹੌਸਲਾ ਖੜਨਾ ਪਊਗਾ, ਕਿਉਂਕਿ ਸਰਦਾਰ ਰਤਨ ਸਿੰਘ ਪਰਿਵਾਰ ਦਾ ਮੁਖੀ ਹੈ ਔਰ ਇਹਨੂੰ ਬਹੁਤ ਤਕੜਾ ਹੋ ਕੇ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਪਊਗਾ। ਆਪਾਂ ਸਾਰਿਆਂ ਨੇ, ਸਾਰੀ ਸੰਗਤ ਨੇ ਅਰਦਾਸ ਕੀਤੀ ਹੈ ਔਰ ਸੰਗਤ ਦੀ ਅਰਦਾਸ ਕਦੇ ਖਾਲੀ ਨਹੀਂ ਕਰਦੀ। ਪਾਣੀ ਦਾ ਪ੍ਰਮਾਣ ਹੈ ਜਿਸ ਕਾਰਨ ਸੇ ਨਾ ਹੀ ਚਾਰਾ ਉਸਕੋ ਕੀਜੇ ਨਮਸਕਾਰ, ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਕਿਸੇ ਕੋਲ ਵੀ ਨਹੀਂ। ਸੋ ਮੈਂ ਵਾਹਿਗੁਰੂ ਕੇ ਅਰਦਾਸ ਕਰਦਾ ਤੇ ਸੱਚੇ ਪਾਤਸ਼ਾਹ ਵਿਛੜੀ ਹੋਈ ਰੂਪ ਨੂੰ ਗੁਰੂ ਨੂੰ ਆਪਣੇ ਚਰਨਾਂ ਚ ਸਥਾਨ ਦਿਓ ਔਰ ਸਾਰੇ ਪਰਿਵਾਰ ਨੂੰ ਸ਼ਕਤੀ ਔਰ ਬਲ ਦਿਓ, ਇਸ ਭਾੜਾ ਮਣੀ ਦਾ ਬਲ ਬਖਸ਼ੋ ਔਰ ਇਹਨਾਂ ਦੇ ਪਰਿਵਾਰ ਦੇ ਇਹ ਸੱਚੇ ਪਾਤਸ਼ਾਹ ਬਹੁਤ ਹੋ ਗਿਆ। ਮਿਹਰ ਕਰੋ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਨਾਬ ਸਾਹਿਬ, ਜਿਨ੍ਹਾਂ ਨੇ ਇਸ ਪਰਿਵਾਰ ਦਾ ਬਹੁਤ ਗੂੜੇ ਸੰਬੰਧ ਨਾਲ ਬਹੁਤ ਪਿਆਰ ਹੈ।
ਵਿਸਥਾਰ ਦੇ ਨਾਲ ਦੱਸਿਆ ਕਿ ਸਰਦਾਰ ਰਤਨ ਸਿੰਘ ਹੋਰਾਂ ਨੇ ਕਿਸ ਤਰ੍ਹਾਂ ਵੱਖ ਵੱਖ ਇਲਾਕਿਆਂ ਦੇ ਵਿੱਚ ਆਪਣੀ ਸਰਵਿਸ ਕਰਦਿਆਂ ਆਪਣਾ ਪਿਆਰ ਹੈ ਬਣਾਇਆ ਹੈ। ਅੱਜ ਦਾ ਇਹ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿੰਨਾ ਜਿੰਨਾ ਕਿਸੇ ਨੂੰ ਦਰਦ ਹੋਇਆ ਸੇਕ ਲੱਗਿਆ ਤੁਸੀਂ ਅਸੀਂ ਆਪਾਂ ਸਾਰੇ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਧਾਰਸ ਬਣਾਉਣ ਵਾਸਤੇ ਆਏ ਹਾਂ ਕਿ ਅਖੀਰ ਦੇ ਵਿੱਚ ਫਿਰ ਇੱਕ ਵਾਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਮੇਲ ਲਿਆ ਅਤੇ ਹੇ ਸਤਿਗੁਰੂ ਜੀਓ ਆਉਣ ਵਾਲੇ ਸਮੇਂ ਵਿੱਚ ਰਹਿਮਤ ਰੱਖਣੀ ਰਹਿਮਤ ਵਰਸਾਉਣੀ ਇਸ ਪਰਿਵਾਰ ਤੇ ਮੇਲ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਪਰਿਵਾਰ ਵੱਲੋਂ ਜਿੰਨੀਆਂ ਵੀ ਸੰਗਤਾਂ ਮਾਈ ਭਾਈ ਪਰਿਵਾਰ ਨਾਲ ਸਾਂਝਾ ਕਰਨ ਵਾਸਤੇ ਆਏ ਹੋ ਪਰਿਵਾਰ ਵੱਲੋਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਸਿਰ ਮੱਥੇ ਤੁਸੀਂ ਆ ਕੇ ਉਹਨਾਂ ਨੂੰ ਹੌਸਲਾ ਦਿੱਤਾ ਹੈ ਜਿਵੇਂ ਕਹਿੰਦੇ ਨੇ ਦੁੱਖ ਵਿੱਚ ਜਾਈਏ ਦੁੱਖ ਘਟਦਾ ਹੈ ਖੁਸ਼ੀ ਵਿੱਚ ਜਾਈਏ ਤਾਂ ਖੁਸ਼ੀ ਵੱਧਦੀ ਹੈ। ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਧੰਨਵਾਦ ਹੈ। ਇੱਥੇ ਹੀ ਸਾਰੀ ਸਮਾਪਤੀ ਹੈ। ਜੇ ਕਿਸੇ ਦਾ ਨਾਮ ਮੇਰੇ ਕੋਲ ਰਹਿ ਗਿਆ ਹੋਵੇ ਜਾਂ ਉਹਦਾ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਚਾਹੁੰਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲੰਗਰ ਪ੍ਰਸ਼ਾਦ ਤਿਆਰ ਸਭ ਨੇ ਛੱਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Thank you.
ਲੈ ਲਾ ਮੇਰੀ ਵੀ ਲੈ ਲਈ ਬਾਬੇ ਜੀ ਬਣਾ ਗਿਆ ਆਪਾਂ ਹਾਂਜੀ ਹਾਂਜੀ ਇਹ ਪਰਮਾਤਮਾ ਸਾਹਿਬ ਦਾ ਭਲਾ ਕਰੇ ਨਾਗਪਾਲ ਨੂੰ ਪੁੱਛਦਾ ਮੈਂ ਜਾ ਕੇ ਜੇ ਆਪਣੇ ਕੋਲ ਨਾ ਟਰਾਈਪੋਡ ਹੈਗਾ ਉਹਦਾ ਨਾ ਬੇਸ ਸਹੀ ਹੈ ਇਹ ਨਾਗ ਕੱਢਦਾ ਨਹੀਂ ਜੇ ਦੇ ਨਾ ਕਿਹੜੀ ਰੋਡ ਰੋਡ 'ਤੇ ਬੁੱਕ ਨੂੰ ਦੱਸ ਦੇਣਾ ਪਤਾ
बिल्कुल
ਠੀਕ ਮੈਂ ਸੁਣ ਲਈ ਲਾ ਪਿਆ
ਇਕੱਠੇ ਕਰਕੇ ਲਾ ਦਿੰਦੇ ਬੇਟਾ ਇੱਥੇ ਆ ਜਾਓ ਕੁਛ ਨਹੀਂ ਲਾ ਜਾਓ ਇੱਥੇ ਆ ਜਾਓ ਠੀਕ ਹੈ
ਤੋਂ ਬੈਕ ਸਾਈਡ ਤੋਂ ਵੀ ਆਇਆ ਕਰੋ ਠੀਕ ਹੈ ਉਹਨਾਂ ਨੂੰ ਅੱਗੇ ਕਰ ਦਿਓ ਆ ਜਿਹੜੇ ਇੱਕ ਬੈਠੇ ਨੇ ਹਾਂ ਉੱਧਰ ਦੀ ਆਇਆ ਕਰੋ ਫਿਰ ਨਾ ਅੱਗੇ ਦੇ ਵਾਲਾ ਹਾਂ ਠੀਕ ਹੈ ਅੱਛਾ ਇੱਥੇ ਖੜ੍ਹੇ ਅਸੀਂ ਜਿਹੜਾ ਕਰੋ ਇੱਥੇ ਖੜ੍ਹ ਕੇ ਸ਼ਗਨ ਕਰ ਲਓ ਜਿਹੜਾ ਕਰ ਲਓ ਇੱਥੇ ਫਿਰ ਕਰਦੇ ਭਾਈ ਓਕੇ ਕਰਦੇ ਕਰਦੇ ਓਕੇ ਹਾਂ ਹਾਂ